ਦੁਨੀਆ ਮਰਦੀ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ, ਸਾਰੀ ਦੁਨੀਆ ਮਰਦੀ ਆ, ਸੰਤ ਨਹੀਂ ਸਾਰੀ ਦੁਨੀਆ ਮਰ ਗਈ ਆ, ਸੰਤ ਨਹੀਂ ਮਰਦੇ, ਸਾਧ ਨਹੀਂ ਮਰਦੇ।
ਕਬੀਰ ਮਰਦਾ ਮਰਦਾ ਜਗ ਮੂਆ ਮਰ ਪੀਤਾ ਜਾਣੇ ਕੋਈ ਇਹਨੇ ਸਾਰਿਆਂ ਨੂੰ ਮਰਨਾ ਵੀ ਨਹੀਂ ਆਉਂਦਾ ਸਾਰਾ ਸੰਸਾਰ ਮਰਦਾ ਕੂੜ ਦੀ ਕਮਾਈ ਇਕੱਠੀ ਕਰਕੇ ਮਰ ਜਾਂਦਾ ਸੰਸਾਰ ਦੀ ਲੋਚੇ ਚ ਮਰ ਜਾਂਦਾ ਸੰਸਾਰ ਦੇ ਵੱਲ ਸਾਰਾ ਜੀਵਨ ਲਾ ਦਿੰਦਾ ਕਹਿੰਦੇ ਮਰਦੇ ਸਾਰੇ ਹੀ ਆ ਪਰ ਸਾਰਿਆਂ ਨੂੰ ਮਰਨਾ ਨਹੀਂ ਆਉਂਦਾ ਕਬੀਰ ਮਰਦਾ ਮਰਦਾ ਜਗ ਮੂਆ ਮਰ ਪੇ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਪੋਹਰ ਨਾ ਮਰਨਾ ਕਹਿੰਦੇ ਦੁਆਰਾ ਉਹਨਾਂ ਨੂੰ ਮੌਤ ਨਹੀਂ ਆਉਂਦੀ ਜਿਹੜੇ ਗੁਰੂ ਦੇ ਸ਼ਬਦ ਦੇ ਵਿੱਚ ਮਰ ਜਾਂਦੇ ਗੁਰੂ ਦੇ ਸ਼ਬਦ ਦੇ ਵਿੱਚ ਲੀਨ ਹੋ ਜਾਂਦੇ ਸੰਸਾਰ ਆਉਂਦਾ ਜਾਂਦਾ ਮਰਦਾ ਹੈ ਤੇ ਉਹ ਜਿਹੜੇ ਸੰਸਾਰ ਦੇ ਵਿੱਚ ਮਰਦੇ ਨਹੀਂ ਸਦਾ ਜੀਵਨ ਦਾ ਸਦਾ ਸੰਸਾਰ ਉਹਨਾਂ ਨੂੰ ਜਾਣ ਤੋਂ ਪਿੱਛੋਂ ਸੰਸਾਰ ਚ ਫਿਕਰ ਇਹ ਨਹੀਂ ਕਿ ਉਹ ਕਿਸੇ ਰਾਜੇ ਦੇ ਘਰ ਵਿੱਚ ਪੈਦਾ ਹੋਏ ਰਵਿਦਾਸ ਕੁਮਾਰ ਚਮਾਰਾਂ ਦੇ ਘਰ ਵਿੱਚ ਪੈਦਾ ਹੋ ਕੇ ਗਰੀਬ ਪਰਿਵਾਰ ਵਿੱਚ ਪੈਦਾ ਹੋ ਕੇ ਕਬੀਰ ਜੁਲਾਹਿਆਂ ਦੇ ਘਰ ਵਿੱਚ ਪੈਦਾ ਹੋ ਕੇ ਸਦਨਾ ਗਸਾਈ ਇਹਨਾਂ ਦੇ ਘਰ ਵਿੱਚ ਪੈਦਾ ਹੋ ਕੇ ਵੀ ਉਸ ਪਦਵੀ ਨੂੰ ਪਾ ਗਏ ਇਹ ਨਹੀਂ ਸੋਚਣਾ ਚਾਹੀਦਾ ਵੀ ਨਾਮ ਜਪਣ ਵਾਸਤੇ ਵੱਡੀ ਤੁਲ ਚਾਹੀਦੀ ਹੈ ਵੱਡਾ ਕੋਈ ਚੀਜ਼ ਸਾਡੇ ਨਾਂ ਨਾਲ ਜੁੜੀ ਹੋਵੇ ਤਾਂ ਅਸੀਂ ਨਾਮ ਜਪ ਸਕਦੇ ਹਾਂ ਨਾਮ ਜਪਣ ਵਾਸਤੇ ਤੇ ਮਨ ਸੁਖ ਚਾਹੀਦਾ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇ ਹੋ ਕੇ ਕਾਰਜ ਰਾਸ ਸੇਵਾ ਕਰਤ ਹੋਏ ਰਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੋ ਸੰਸਾਰ ਤੇ ਆਉਂਦੇ ਆ ਜੀਵ ਬਿਨਾਂ ਨਾਮ ਜਪਿਆ ਬਿਨਾਂ ਪਰਮੇਸ਼ਰ ਨੂੰ ਯਾਦ ਕੀਤੇ ਇਸ ਦੁਨੀਆਂ ਤੋਂ ਚਲੇ ਜਾਂਦੇ ਇਸੇ ਵਾਸਤੇ ਕਬੀਰ ਸਾਹਿਬ ਕਹਿੰਦੇ
ਕਬੀਰ ਮਰਦਾ ਮਰਦਾ ਜਗਮੁਆ, ਕਬੀਰ ਮਰਦਾ ਮਰਦਾ